ਬਿਕਸ ਲੀਡਰਾਂ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਕੱਖ ਨਹੀਂ ਕੀਤਾ, ਡੱਕਾ ਤੋੜ ਦੋਰਾ ਨਹੀਂ ਕੀਤਾ, ਜਿੰਨਾ ਵਿਕਾਸ ਚਾਹੀਦਾ ਸੀ ਉਹਨਾਂ ਹੋਇਆ ਨਹੀਂ। ਪਵਾਰ ਦੀ ਕਿੰਨੀ ਕੁ ਸਪੋਰਟ ਰਹੀ ਹੈ ਤਾਂ ਕਿੰਨਾ ਹੁੰਗਾਰਾ ਮਿਲਦਾ ਪਿਆ ਲੋਕਾਂ ਦਾ। ਧਾਰੀਵਾਲ ਸਾਡੀ ਜਿਹੜੀ ਬੋਲਣ ਮਿਲ ਹੈ ਇਹ ਬ੍ਰਿਟਿਸ਼ ਗਵਰਨਮੈਂਟ ਦੇ ਵੇਲੇ ਦੀ ਸੀ, ਮਸ਼ੀਨਾਂ ਇਹਦੇ 'ਚ ਅੱਜ ਵੀ ਉਹੀ ਨੇ। ਇਹ ਹੈਗਾ ਇਹ ਸੈਂਟਰ ਦਾ ਮੁੱਦਾ, ਕਿਉਂ ਨਹੀਂ ਉਹ ਮਿਲ ਇੱਥੇ ਦੁਬਾਰਾ ਚਾਲੂ ਕਰਾਈ ਜਾਂਦੀ, ਕਿੰਨਾ ਰੁਜ਼ਗਾਰ ਆਏਗਾ। ਇੱਕ ਬੰਨੇ ਪੰਜਾਬ ਦੀ ਬੇਚੈਨੀ ਲਈ ਬੈਠੀ ਹੈ ਗੁਰਪ੍ਰੀਤ ਕੌਰ ਇਹ ਬੱਚੀ, ਦੂਜੇ ਬੰਨੇ ਘਰ 'ਚ ਪਿਓ ਦੀ ਡੈਥ ਹੋ ਗਈ, ਹੁਣ ਵੀ ਫੁੱਲ ਚੁੱਕ ਕੇ ਫਿਰ ਇੱਥੇ ਆਈ। ਅਮਨ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੋ ਤੁਹਾਨੂੰ ਜਿੱਦਾਂ ਕਿ ਪਤਾ ਹੈ ਲੋਕ ਸਭਾ ਚੋਣਾਂ ਜਿਹੜੀਆਂ ਨੇ ਗੁਰਦਾਸਪੁਰ 'ਚ ਕੀ ਸਾਰੇ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨੇ। 1 ਤਰੀਕ ਨੂੰ ਜਿਹੜੀ ਵੋਟਿੰਗ ਹੋਣੀ ਹੈ ਤੇ 4 ਤਰੀਕ ਨੂੰ ਰਿਜ਼ਲਟ ਆਉਣਾ। ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਅੱਜ ਬਟਾਲਾ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਆਈ ਆਵਾਜ਼ ਆਓ ਸਿਰਜੀਏ ਨਵਾਂ ਪੰਜਾਬ। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਚਾਨ ਟਾਰਚ ਹੈ ਗੁਰਪ੍ਰੀਤ ਕੌਰ ਹੈ, ਸੋ ਉਹ ਵੀ ਅੱਜ ਜਿਹੜਾ ਰੋਡ ਸ਼ੋਅ ਕਰ ਰਹੇ ਨੇ ਬਟਾਲਾ ਸ਼ਹਿਰ ਦੇ ਉੱਤੇ ਧਰਤੀ ਦੇ ਉੱਤੇ। ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਤੇ ਪਰਿਵਾਰ ਦੀ ਕਿੰਨੀ ਸਪੋਰਟ ਰਹੀ ਹੈ ਇਸ ਕੰਮ ਦੇ ਵਿੱਚ ਤੇ ਕਿਦੋਂ ਸ਼ੌਂਕ ਪਿਆ ਕਿ ਲੋਕਾਂ ਦੀ ਸੇਵਾ ਕਰਨੀ ਹੈ ਇਲੈਕਸ਼ਨਾਂ 'ਚ ਖਲੋਣਾ ਹੈ। ਆਪਾਂ ਗੱਲਬਾਤ ਕਰਦੇ ਹਾਂ। ਸੋ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭੈਣ ਜੀ ਕਿਦੋਂ ਤੁਹਾਨੂੰ ਸ਼ੌਂਕ ਪੈ ਗਿਆ ਕਿ ਲੋਕਾਂ ਦੀ ਸੇਵਾ ਕਰਨੀ ਹੈ ਤੇ ਇਲੈਕਸ਼ਨ ਦੇ ਵਿੱਚ ਤੁਸੀਂ ਖੜੇ ਹੋਣਾ? ਬੜੇ ਬੜੇ ਵੱਡੇ ਜਿਹੜੇ ਦਿੱਗਜ ਨੇਤਾ ਨੇ ਅੱਗੇ ਤੁਹਾਡੇ ਮੁਕਾਬਲੇ ਤੇ ਖੜੇ ਨੇ, ਕੀ ਕਹਿਣਾ ਚਾਹੁੰਦੇ ਹੋ, ਕਿਦੋਂ ਸ਼ੌਂਕ ਪਿਆ ਤੁਹਾਨੂੰ? ਸ਼ੌਂਕ ਇਸੇ ਤਰ੍ਹਾਂ ਬਿਆਮ ਇੱਕ ਚਾਰ ਸਾਹਿਬਜ਼ਾਦਾ ਫਾਊਂਡੇਸ਼ਨ ਹੈ, ਐਜ਼ ਉਹਦੀ ਪ੍ਰਧਾਨ ਮੈਂ ਸੇਵਾ ਕਰ ਰਹੀ ਸੀ। ਬਸ ਉਹਦੀ ਸੇਵਾ ਕਰਦੇ ਕਰਦੇ ਸਾਧ ਸੰਗਤ 'ਚ ਵਿਚਰਦੇ ਵਿਚਰਦਿਆਂ ਦੇਖਿਆ ਕਿ ਲੋਕਾਂ 'ਚ ਬਹੁਤ ਔਖ ਹੈ। ਦਿੱਗਜ ਲੀਡਰਾਂ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਕੱਖ ਨਹੀਂ ਕੀਤਾ, ਡੱਕਾ ਤੋੜ ਦੋਰਾ ਨਹੀਂ ਕੀਤਾ, ਜਿੰਨਾ ਵਿਕਾਸ ਚਾਹੀਦਾ ਸੀ ਉਹਨਾਂ ਹੋਇਆ ਨਹੀਂ। ਲੋਕਾਂ ਨੂੰ ਕੋਈ ਮੈਡੀਕਲ ਸੁਵਿਧਾ ਹੈ ਨਹੀਂ ਹੈ, ਲੋਕਾਂ ਨੂੰ ਕੋਈ ਕਹਿ ਲਓ ਕਿ ਜੇ ਆਪਾਂ ਨਿੱਜੀ ਸੋਚੀਏ ਤੇ ਕਈ ਐਸੇ ਘਰ ਮੈਂ ਵੇਖਿਆ ਕਿ ਲੋਕਾਂ ਦੇ ਘਰਾਂ 'ਚ ਪਾਣੀ ਵੀ ਪੀਣ ਵਾਲਾ ਨਹੀਂ ਹੈ ਤੇ ਲੋਕਾਂ ਦੀਆਂ ਛੱਤਾਂ ਵੀ ਡਿੱਗ ਰਹੀਆਂ ਨੇ। ਸੋ ਕੀ ਮੇਨ ਮੁੱਦੇ ਰਹਿਣਗੇ ਜੀ ਤੁਹਾਡੇ ਵੱਲੋਂ? ਸਧਾਰਨ ਪਰਿਵਾਰ ਤੋਂ ਉੱਠ ਕੇ ਤੇ ਬੜੀ ਵੱਡੀ ਜਿਹੜੀ ਜ਼ਿੰਮੇਵਾਰੀ ਆਪਣੇ ਸਿਰ ਤੇ ਪਾਲੀ ਹੈ, ਪਰਿਵਾਰ ਦੀ ਕਿੰਨੀ ਕੁ ਸਪੋਰਟ ਰਹੀ ਹੈ ਤਾਂ ਕਿੰਨਾ ਹੁੰਗਾਰਾ ਮਿਲਦਾ ਪਿਆ ਲੋਕਾਂ ਦਾ, ਕਿਹੜੇ ਮੁੱਦੇ ਰਹਿਣ? ਮੇਰੀ ਸਾਧ ਸੰਗਤ ਦੀ ਮੈਨੂੰ ਸ਼ੁਰੂ ਤੋਂ ਬਹੁਤ ਸਪੋਰਟ ਰਹੀ ਹੈ ਤੇ ਪਰਿਵਾਰ ਦੀ ਵੀ ਬਹੁਤ ਜ਼ਿਆਦਾ ਸਪੋਰਟ ਰਹੀ ਹੈ। ਤੇ ਬਾਕੀ ਜੇ ਮੈਂ ਗੱਲ ਕਰਾਂ ਕਿ ਕੇਂਦਰ ਦੇ ਮੁੱਦੇ ਆ, ਅੱਜ ਤੋਂ 2-3 ਸਾਲ ਪਹਿਲਾਂ ਵੀ ਮੈਂ ਗੱਲ ਮਕੌੜੇ ਪੱਤਣ ਦੀ ਕੀਤੀ ਹੈ, ਕਿਉਂਕਿ ਤੁਸੀਂ ਦੇਖਿਆ ਜੇ ਜਾ ਕੇ ਉੱਥੇ ਹੁਣ ਆਹੀ 6-7 ਜੂਨ ਤੋਂ ਬਾਅਦ ਉੱਥੇ ਪੁਲ ਚੱਕਿਆ ਜਾਣਾ, ਉਹ ਜਿਹੜੇ ਬੱਲੀਆਂ ਵਾਲਾ ਬਣਿਆ ਹੈ ਉਹਨਾਂ ਦਾ ਬਿਲਕੁਲ ਸਾਡੇ ਹਿੰਦੁਸਤਾਨ ਨਾਲ ਕੱਟ ਆਫ ਹੋ ਜਾਣਾ, ਉੱਥੇ 9-10 ਪਿੰਡ ਹੈਗੇ ਆ। ਤਾਂ ਮੈਨੂੰ ਨਹੀਂ ਲੱਗਦਾ ਕਿ ਆਪਾਂ ਆਜ਼ਾਦੀ ਦਾ 75ਵਾਂ ਮਹਾਂਉਤਸਵ ਮਨਾ ਰਹੇ ਹਾਂ, ਚੰਦਰਯਾਨ 3 ਦੀ ਗੱਲ ਕਰਦੇ ਹਾਂ, ਨੋ ਡਾਊਟ ਇਹ ਵਿਗਿਆਨ ਦਾ ਯੁੱਗ ਹੈ, ਸਾਨੂੰ ਚਾਹੀਦਾ ਇਹ ਸਾਰਾ ਕੁਝ, ਪਰ ਉੱਥੇ ਆਪਾਂ ਅਰਬਾਂ ਖਰਬਾਂ ਲਾ ਰਹੇ, ਕਰੋੜਾਂ ਲਾ ਰਹੇ ਹਾਂ, ਕਿ ਉਹ ਕਿੰਨਾ ਕੁ ਬਜਟ ਹੈ? ਮੇਰੇ ਹਿਸਾਬ ਨਾਲ ਤਕਰੀਬਨ ਜੇ ਮੈਂ ਵੇਖਾਂ 109-10 ਕਰੋੜ ਦੇ ਵਿੱਚ ਉਹ ਪੁਲ ਬਣ ਜਾਣਾ। ਹਰ ਵਾਰੀ ਜਦੋਂ ਵੋਟਾਂ ਆਉਂਦੀਆਂ ਨੇ ਲੋਕਾਂ ਨੂੰ ਉਲਝਾ ਦਿੰਦੀਆਂ ਇੰਨੇ ਸਰਕਾਰਾਂ ਦੀ ਪਾਲਿਸੀਜ਼ ਕਿ ਅਸੀਂ ਪੁਲ ਬਣਾ ਰਹੇ ਹਾਂ, ਅਸੀਂ ਪੁਲ ਬਣਾ ਰਹੇ ਹਾਂ। ਸੋ ਇਹੋ ਜਿਹੇ ਮੁੱਦੇ 'ਚ ਧਾਰੀਵਾਲ ਸਾਡੀ ਜਿਹੜੀ ਬੋਲਣ ਮਿਲ ਹੈ ਇਹ ਬ੍ਰਿਟਿਸ਼ ਗਵਰਨਮੈਂਟ ਦੇ ਵੇਲੇ ਦੀ ਸੀ, ਮਸ਼ੀਨਾਂ ਇਹਦੇ 'ਚ ਅੱਜ ਵੀ ਉਹੀ ਨੇ। ਇਹ ਹੈਗਾ ਇਹ ਸੈਂਟਰ ਦਾ ਮੁੱਦਾ, ਕਿਉਂ ਨਹੀਂ ਉਹ ਮਿਲ ਇੱਥੇ ਦੁਬਾਰਾ ਚਾਲੂ ਕਰਾਈ ਜਾਂਦੀ, ਕਿੰਨਾ ਰੁਜ਼ਗਾਰ ਆਏਗਾ? ਤੇ ਮੈਂ ਗੱਲ ਜੇ ਆਪਦੀ ਗੱਲ ਕਰਾਂ ਤਾਂ ਮੈਂ ਕਹਿੰਦੀ ਕਿ ਇੱਕ ਇੱਦਾਂ ਦਾ ਮੈਂ ਹੌਸਪੀਟਲ ਤਿਆਰ ਕਰਵਾ ਦੂੰਗੀ ਐਮਪੀਲੈਂਡ ਫੰਡ 'ਚੋਂ, ਕਿ ਜਿੱਥੇ ਲੋਕ ਲੋੜਵੰਦ ਲੋਕ ਇਲਾਜ ਕਰਵਾ ਸਕਣ, ਕਿਉਂਕਿ ਹੁਣ ਦੇਖਿਆ ਜਾਵੇ ਤਾਂ ਲੋਕਾਂ ਨੂੰ ਮੈਡੀਕਲ ਫੈਸਿਲਿਟੀ ਹੈ ਹੀ ਨਹੀਂ, ਹਰ ਘਰ 'ਚ ਕੋਈ ਨਾ ਕੋਈ ਢਿੱਲਾ ਮੱਠਾ ਰਹਿੰਦਾ ਹੈ। ਤੇ ਜਿਨ੍ਹਾਂ ਨੇ ਗੁਰਦਾਸਪੁਰ ਸ਼ਹਿਰ ਵਸਾਇਆ ਆ ਉਹਨਾਂ ਦੇ ਨਾਮ ਤੇ, ਮਹੰਤ ਗੁਰੀਆ ਦਾਸ ਜੀ ਦੇ ਨਾਮ ਤੇ, ਮੈਂ ਹਰ ਪਿੰਡ ਹਰ ਕਸਬੇ ਨੂੰ ਪਹਿਲ ਦੇ ਆਧਾਰ ਤੇ ਐਂਬੂਲੈਂਸ ਦਊਂਗੀ। ਤੇ ਜੇ ਗੱਲ ਕਰੀਏ ਸਾਡਾ 59% ਦਾ ਏਰੀਆ ਜਿਹੜਾ ਹੈ ਉਹ ਖੇਤੀਬਾੜੀ ਨੂੰ ਟੱਚ ਕਰਦਾ ਹੈ ਗੁਰਦਾਸਪੁਰ ਦਾ,
ਤੇ ਮੈਂ ਜੇ ਗੱਲ ਆਖਾਂ ਕਿ ਜਿਹੜਾ ਇੰਡਸਟਰੀ ਐਕਟ ਆ ਉਹਨੂੰ ਖੇਤੀਬਾੜੀ ਥੱਲੇ ਲਿਆਂਦਾ ਜਾਏਗਾ, ਜੇ ਇੰਡਸਟਰੀ ਐਕਟ ਦੇ ਥੱਲੇ ਖੇਤੀਬਾੜੀ ਆਉਂਦੀ ਹੈ ਤਾਂ ਬਹੁਤ ਜ਼ਿਆਦਾ ਵੱਡਾ ਕਿਸਾਨ ਵੀਰਾਂ ਦੀ ਖੁਦਕੁਸ਼ੀ ਰੁਕ ਜਾਂਦੀ ਹੈ, ਨੁਕਸਾਨ ਘੱਟ ਹੋਏਗਾ। ਸੋ ਮੇਰੇ ਇੱਦਾਂ ਦੇ ਨੀਡਫੁੱਲ ਲੋਕਾਂ ਲਈ ਮੈਂ ਤੁਰੀ ਹਾਂ ਤਾਂ ਮੈਨੂੰ ਬਹੁਤ ਲੋੜ ਤੋਂ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ ਹੈ। ਸੋ ਭੈਣ ਜੀ, ਇੱਕ ਦੋ ਮੁੱਦੇ ਬੜੇ ਵੱਡੇ ਜਿਹੜੇ ਨੇ, ਇੱਕ ਜਵਾਨੀ ਦਾ ਮੁੱਦਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਕੀ ਤੁਹਾਡੀ ਉਹਦੇ ਬਾਰੇ ਰਾਏ ਰਹੀ? ਉਹ ਤਾਂ ਮੈਂ ਪਹਿਲੇ ਦਿਨ ਤੋਂ ਹੀ ਇਹ ਗੱਲ ਕਹਿ ਰਹੀ ਹਾਂ, ਮੈਂ ਕੇਂਦਰੀ ਮੰਤਰੀ ਅਮਿਤ ਸ਼ਾਹ ਜੀ ਨੂੰ ਚਿੱਠੀ ਲਿਖੀ ਸੀ, ਸਾਡੇ ਮੇਰੇ ਹੀ ਹੋਮ ਟਾਊਨ ਬਟਾਲਾ ਦੇ ਵਿੱਚ ਸਰਕਾਰੀ ਹਸਪਤਾਲ 'ਚ ਇੱਕ ਭੈਣ ਦੀ ਡੈੱਡ ਬੋਡੀ ਰਾਤ ਪਈ ਰਹੀ ਸੀਗੀ, ਲਵਾਰਸ ਸੀ ਸ਼ਾਇਦ, ਉਹ ਬਿਨਾਂ ਅੱਧੇ ਨੰਗੇ ਕੱਪੜਿਆਂ ਤੋਂ ਪਈ ਰਹੀ ਸੀ, ਦੇਖੀ ਨਹੀਂ ਸੀ ਜਾਂਦੀ, ਤਾਂ ਉਹ ਮਤਲਬ ਪਹਿਲਾਂ ਤਾਂ ਵੀਰ ਕਰਦੇ ਸੀ ਮਾੜੀ ਮੋਟੀ ਦਾਰੂ ਸਿੱਕਾ ਸੀਗਾ, ਉਹ ਭੈਣ ਵੀ ਚਿੱਟੇ ਦੀ ਸੁਣਿਆ, ਬਾਅਦ 'ਚ ਪਤਾ ਲੱਗਿਆ ਐਡਿਕਟਡ ਸੀ। ਮੈਂ ਇਹ ਉਹਨਾਂ ਨੂੰ ਚਿੱਠੀ 'ਚ ਮੈਂਸ਼ਨ ਕੀਤਾ ਸੀਗਾ ਕਿ ਤੁਸੀਂ ਜਿਹੜੇ ਬਾਰਡਰਾਂ 'ਤੇ ਲਾ ਰਹੇ ਹੋ ਕਿੱਲ ਜਾਂ ਬਾਰਡਰਾਂ 'ਤੇ ਲਾ ਰਹੇ ਹੋ ਪੱਥਰ, ਉਹ ਇੱਧਰ ਲਾਓ, ਕਿਉਂਕਿ ਸਾਡੀ ਅੰਤਰਰਾਸ਼ਟਰੀ ਹੱਦ ਸਾਨੂੰ ਹਾਰਡਲੀ 10 ਕਿਲੋਮੀਟਰ ਦੀ ਦੂਰੀ 'ਤੇ ਲੱਗਦੀ ਹੈ। ਮੈਂ ਪਹਿਲ ਦੇ ਆਧਾਰ 'ਤੇ ਡਰੋਨ ਡਰੋਪਿੰਗ ਖਤਮ ਕਰੂੰਗੀ। ਚੌਣ ਦਾ ਵੀ ਲੋਕ ਕਰ ਸਕਦੇ ਆ, ਪਰ ਇਹ ਅੱਜ ਵੀ ਸਾਨੂੰ ਸਿਰਫ ਆਟਾ ਦਾਲ ਦੇ ਵਿੱਚ ਉਲਝਾ ਕੇ ਰੱਖਦੇ, ਜਿਹੜਾ ਕਿ ਸਾਨੂੰ ਇਹਦੀ ਲੋੜ ਨਹੀਂ ਹੈ। ਅਸੀਂ ਪੰਜਾਬੀ ਜ਼ੁਬਾਨ ਦੇ ਮਾਲਕ ਹਾਂ, ਅਸੀਂ ਵੈਸੇ ਹੀ ਇੰਨਾ ਲੰਗਰ ਲਾ ਦਿੰਦੇ ਹਾਂ ਜਦੋਂ ਕਿਤੇ ਦੇਸ਼ ਭਰ 'ਚ ਭੀੜ ਹੁੰਦੀ ਹੈ। ਜੇ ਤੁਸੀਂ ਪਿਛਲੇ ਵੀ ਰਿਕਾਰਡ ਚੈੱਕ ਕਰੋਗੇ ਤਾਂ ਮੈਂ ਹੱਥ ਬੰਨ ਕੇ ਅਪੀਲ ਕਰਦੀ ਹਾਂ ਕਿ ਪੰਜਾਬੀ ਉਹ ਆਪਾਂ ਉਹ ਹਾਂ ਜਿਨ੍ਹਾਂ ਨੇ ਸਭ ਤੋਂ ਵੱਧ ਸੋਨਾ ਇਕੱਠਾ ਕਰਕੇ ਦਿੱਤਾ ਸੀ, ਆਪਾਂ ਉਹਨਾਂ ਦੇ ਵੱਲ ਹੀ ਹਾਂ, ਅਤੇ ਸਾਨੂੰ ਇਹਨਾਂ ਨਸ਼ਿਆਂ ਦੇ ਜਿਹੜੇ ਦਰਿਆ ਵੱਧ ਰਿਹਾ ਇਹ 'ਚ ਰਲ ਮਿਲ ਕੇ ਸਾਨੂੰ ਨਾਲ ਤੁਰਨਾ ਚਾਹੀਦਾ ਹੈ। ਸੋ ਤੁਸੀਂ ਕਿਹਾ ਕਿ ਇਹਦੇ ਵੱਲ ਵੀ ਖਾਸ ਧਿਆਨ ਦਿੱਤਾ ਜਾਏਗਾ, ਫਿਰ ਅਗਲੇ ਹੁਣ ਕਿਹੜੇ ਮੁੱਦੇ ਰਹਿਣਗੇ, ਕਿਉਂਕਿ ਤੁਸੀਂ ਰੋਡ ਸ਼ੋਅ ਕਰ ਰਹੇ ਹੋ ਬਟਾਲੇ ਦੇ ਵਿੱਚ, ਪਹਿਲਾਂ ਰੋਡ ਸ਼ੋਅ, ਉਸ ਤੋਂ ਪਹਿਲਾਂ ਕੀਤੇ ਤੁਸੀਂ? ਨਹੀਂ ਪਹਿਲਾਂ ਨਹੀਂ, ਪਹਿਲਾਂ ਮੈਂ ਆਪਣੀ ਸਾਧ ਸੰਗਤ ਨੂੰ ਜਿੱਥੇ ਜਿੱਥੇ ਮਿਲ ਸਕਦੀ ਸੀ ਮੈਂ ਮਿਲੀ। ਪਹਿਲਾਂ ਮੇਰਾ ਨੀਡਫੁੱਲ ਲੋਕ ਟਾਰਗੇਟ ਆ, ਮੈਨੂੰ ਲੱਗਦਾ ਕਿ ਜੇ ਆਪਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਐਵੇਂ ਕਿਉਂ ਫਾਲਤੂ ਮਤਲਬ ਹਰ ਕੋਈ ਟਿੱਲਾ ਮੱਠਾ ਰਹਿੰਦਾ ਕਰਾਊਡ, ਅਤੇ ਅੱਜ ਮੈਨੂੰ ਲੱਗਿਆ ਕਿ ਨਹੀਂ 2 ਦਿਨ ਰਹਿ ਗਏ ਅਤੇ ਸਾਧ ਸੰਗਤ 'ਚ ਵਿਚਰਨਾ ਚਾਹੀਦਾ ਹੈ, ਅਤੇ ਅੱਜ ਚੱਲੀ ਹਾਂ। ਇੱਥੇ ਮੈਂ ਆਪਣੀ ਸਾਧ ਸੰਗਤ ਨੂੰ ਹੋਰ ਦੱਸਣਾ ਚਾਹੁੰਦੀ ਹਾਂ ਕਿ ਜਥੇਦਾਰ ਭਾਈ ਬਲਦੇਵ ਸਿੰਘ ਬਡਾਲਾ ਜਿਹੜੇ ਇੱਕੋ ਇੱਕ ਇੱਦਾਂ ਦੇ ਸ਼ਖਸ ਨੇ ਰੱਬੀ ਰੂਹ ਨੇ ਜਿਨ੍ਹਾਂ ਨੇ 328 ਪਾਵਨ ਸਰੂਪ ਗੁਰੂ ਸਾਹਿਬ ਦੇ ਚੋਰੀ ਹੋ ਗਏ ਸੀ, ਅਤੇ ਉਹਨਾਂ ਨੇ ਇੱਕੋ ਹੀ ਧਰਨਾ ਲਾਇਆ, ਸਿਰਫ ਉਹਨਾਂ ਨੇ, ਅਤੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਵੱਡੀ ਭਾਰੀ ਕਹਿ ਲਓ ਕਿ ਉਹਨਾਂ ਨੇ ਮੈਨੂੰ ਸਮਰਥਨ ਦਿੱਤਾ ਹੈ ਵੱਡੀ ਗਿਣਤੀ 'ਚ, ਅਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ। ਬਾਕੀ ਉਹ ਆਏ ਨੇ, ਆਪ ਜੀ ਉਹਨਾਂ ਨਾਲ ਗੱਲ ਕਰੋ। ਸੋ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ, ਕੀ ਕਹਿਣਾ ਉਹਨਾਂ ਦਾ, ਕਿਉਂਕਿ ਉਹਨਾਂ ਨੇ ਬੜੀ ਸਪੋਰਟ ਕੀਤੀ, ਆਪਾਂ ਗੱਲਬਾਤ ਵੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕੀ ਕਹਿਣਾ ਚਾਹੁੰਦੇ ਹੋ ਜੀ, ਅੱਜ ਰੋਡ ਸ਼ੋਅ ਕੱਢਣ ਜਾ ਰਹੇ ਨੇ? ਪੰਜਾਬ ਦੇ ਅਹਿਮ ਮੁੱਦਿਆਂ ਨੂੰ ਲੈ ਕੇ, ਪੰਜਾਬ ਦੇ ਬਦਤਰ ਹਾਲਾਤਾਂ ਨੂੰ ਲੈ ਕੇ, ਪੰਜਾਬ ਦੀ ਬੇਚੈਨੀ ਨੂੰ ਲੈ ਕੇ ਆਜ਼ਾਦ ਉਮੀਦਵਾਰ ਵਜੋਂ ਬੀਬਾ ਗੁਰਪ੍ਰੀਤ ਕੌਰ ਹਲਕਾ ਗੁਰਦਾਸਪੁਰ ਤੋਂ ਮੈਦਾਨੇ ਜੰਗ 'ਚ ਉਤਰੇ ਨੇ। ਔਰ ਜਿੱਥੇ ਪੰਜਾਬ ਦੀ ਬੇਚੈਨੀ ਹੈ, ਇੱਥੇ ਵੱਡੀ ਗੱਲ ਇਹ ਹੈ ਕਿ ਤੁਸੀਂ ਪੁੱਛ ਰਹੇ ਸੀ ਵੀ ਤੁਸੀਂ ਰੋਡ ਸ਼ੋਅ ਪਹਿਲਾਂ ਵੀ ਕੱਢੇ, ਅੱਜ ਕੱਢ ਰਹੇ ਹੋ, ਅਤੇ ਦਿਨ ਇੱਕ ਰਹਿ ਗਿਆ ਜੀ। ਇੱਕ ਬੰਨੇ ਪੰਜਾਬ ਦੀ ਬੇਚੈਨੀ ਲਈ ਬੈਠੀ ਹੈ ਗੁਰਪ੍ਰੀਤ ਕੌਰ ਇਹ ਬੱਚੀ, ਦੂਜੇ ਬੰਨੇ ਘਰ 'ਚ ਪਿਓ ਦੀ ਡੈਥ ਹੋ ਗਈ, ਹੁਣ ਵੀ ਫੁੱਲ ਚੁੱਕ ਕੇ ਫਿਰ ਇੱਥੇ ਆਈ ਹੈ ਜੀ। ਰਾਤੀ ਆਇਆ ਉੱਥੋਂ ਫੋਨ ਵੀ ਭਰਾ ਰਿਸ਼ਤੇਦਾਰੀ 'ਚੋਂ ਗੰਨੇ ਦੀ ਟਰਾਲੀਆਂ ਦੇ ਐਕਸੀਡੈਂਟ 'ਚ ਥੱਲਿਆ ਗਿਆ, ਉੱਧਰੋਂ ਸਾਰਾ ਉਹ ਦੱਸਿਆ ਨਹੀਂ ਅਜੇ ਪਰਿਵਾਰਾਂ 'ਚ। ਇਹਨਾਂ ਹਾਲਾਤਾਂ 'ਚ ਰਹਿ ਕੇ ਇਹ ਫਿਰ ਖੜੀ ਹੈ ਇੱਥੇ ਪੰਜਾਬ ਦੀ ਖਾਤਰ, ਇਹ ਹੁਣ ਪੰਜਾਬ ਵਾਲਿਆਂ ਨੇ ਸੋਚਣਾ ਹੋਊਗਾ। ਇੱਕ ਬੰਨੇ ਉਹ ਪੰਜਾਬ ਦਾ ਪੈਸੇ ਨੂੰ ਅੱਗ ਲਾ ਕੇ, ਅਤੇ ਉਹ ਨਜਾਇਜ਼ ਗੋਦੀ ਮੀਡੀਆ ਰਾਹੀਂ ਹੀਰੋ ਬਣੇ ਹੋਏ ਨੇ ਲੋਕਾਂ 'ਚ,
ਇੱਕ ਇਹ ਨੇ ਜਿਨ੍ਹਾਂ ਕੋਲ ਪੈਸੇ ਸਾਧਨ ਸਮਾਂ ਬੰਦੇ ਹੈ ਨਹੀਂ, ਉਹਦੇ ਬਾਵਜੂਦ ਵੀ ਬੇਚੈਨੀ ਨੂੰ ਦੂਰ ਕਰਨ ਲਈ ਤਤਪਰ ਨੇ। ਅਤੇ ਇਹਨਾਂ ਹਾਲਾਤਾਂ 'ਚ ਅੱਜ ਅਸੀਂ ਸਮਰਥਨ ਕਰਦੇ ਹਾਂ, ਅਪੀਲ ਕਰਦੇ ਹਾਂ ਕਿ ਗੁਰਪ੍ਰੀਤ ਕੌਰ ਬੀਬਾ ਇਹਨਾਂ ਦਾ ਚੋਣ ਨਿਸ਼ਾਨ ਘਰ 'ਚ ਹੈ, ਅਤੇ ਤੁਹਾਡੇ ਵਰਗੇ ਜਿਹੜੇ ਭਰਾ ਨੇ ਮੀਡੀਆ 'ਚ ਲੋਕਲ ਕੰਮ ਕਰਨ ਵਾਲੇ ਜਾਂ ਨੈਸ਼ਨਲ ਜਾਂ ਇੰਟਰਨੈਸ਼ਨਲ, ਇਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਹ ਸੱਚ ਦੀ ਆਵਾਜ਼ ਨੂੰ ਜ਼ਰੂਰ ਲੋਕਾਂ 'ਚ ਲੈ ਕੇ ਜਾਓ, ਔਰ ਇਸ ਗੱਲ ਨੂੰ ਬੜੇ ਧਿਆਨ 'ਚ ਰੱਖੋ ਕਿ ਆਪਣਿਆਂ ਦੀਆਂ ਲਾਸ਼ਾਂ ਦੇ ਲਾਗੋ ਲੰਘ ਕੇ ਕੌਮ ਦੀ ਖਾਤਰ ਕੋਈ ਗਿਆ ਹੈ, ਉਹਦਾ ਨਾਂ ਗੁਰੂ ਗੋਬਿੰਦ ਸਿੰਘ ਸਾਹਿਬ ਹੈ, ਅਤੇ ਅੱਜ ਆਪਣਿਆਂ ਦੇ ਫੁੱਲ ਚੁਗਣ ਤੋਂ ਨਾਲ ਜੇ ਕੋਈ ਦੁਬਾਰੇ ਫਿਰ ਜਾ ਰਿਹਾ ਤਾਂ ਉਹ ਬੀਬਾ ਗੁਰਪ੍ਰੀਤ ਕੌਰ ਹੈ। ਅਤੇ ਸਾਨੂੰ ਫਖਰ ਹੈ ਕਿ ਅਸੀਂ ਨੌਜਵਾਨ ਉਹਨਾਂ ਬੱਚਿਆਂ ਦੇ ਮਗਰ ਜਾ ਰਹੇ ਹਾਂ ਜਿਹੜੇ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਭਵਿੱਖ ਬਣ ਸਕਦੇ ਆ। ਅਤੇ ਅਸੀਂ ਅੱਜ ਇੱਥੋਂ ਇੱਕ ਮਾਰਚ ਜਿਹੜਾ ਸ਼ੁਰੂ ਕਰ ਰਹੇ ਹਾਂ, ਭਾਵੇਂ ਕਿ ਸਮਾਂ ਨਹੀਂ, ਕਿਉਂਕਿ ਮੈਂ ਬਾਕੀ ਥਾਵਾਂ 'ਤੇ ਵੀ ਗਿਆ ਔਰ ਬਹੁਤ ਦੇਰ ਸਮਾਂ ਵੀ ਨਿਕਲ ਗਿਆ, ਕੁਦਰਤ ਨੇ ਚਲੋ ਸਾਨੂੰ ਫਿਰ ਵੀ ਕਿਤੇ ਨਾ ਕਿਤੇ ਇੱਥੇ ਮਿਲਾਇਆ ਹੈ। ਅਤੇ ਅਸੀਂ ਗੁਰਦਾਸਪੁਰ ਦੇ ਵਾਸੀਆਂ ਨੂੰ ਕਹਾਂਗੇ, ਤੁਸੀਂ ਕਾਂਗਰਸ ਵੀ ਵੇਖ ਲਈ, ਤੁਸੀਂ ਬੀਜੇਪੀ ਅਕਾਲੀਏ ਵੀ ਵੇਖ ਲਏ, ਤੁਸੀਂ ਆਮ ਆਦਮੀ ਵੀ ਵੇਖ ਲਈ, ਹੁਣ ਪਛਾਹ ਨਾ ਜਾਇਓ ਪਲੀਜ਼, ਹੁਣ ਤਾਂ ਨਵੀਂ ਗੱਲ ਕਰਿਓ, ਆਓ ਸਿਰਜੀਏ ਨਵਾਂ ਪੰਜਾਬ। ਸੋ ਗੱਲਬਾਤ ਆਪਾਂ ਕਰਾਂਗੇ ਜੀ ਗੁਰਪ੍ਰੀਤ ਕੌਰ ਨਾਲ, ਕਿਹੜੇ ਹਾਲਾਤਾਂ ਦੇ ਵਿੱਚੋਂ ਲੰਘੇ ਨੇ ਪਤਾ ਲੱਗਿਆ ਕਿਸੇ ਗੱਲ ਦਾ, ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਕੀ ਹੋਇਆ ਦੱਸੋ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ। ਵੈਸੇ ਤਾਂ ਮੈਂ ਅੱਜ ਤੱਕ ਜਦੋਂ ਦੀ 3 ਸਾਲ ਮੰਗਲੇ ਤੋਂ ਸੰਗਤ ਦੀ ਸੇਵਾ 'ਚ ਮੈਂ ਕਦੀ ਆਪਣੀ ਨਿੱਜੀ ਗੱਲ ਰੱਖੀ ਨਹੀਂ ਹੈ, ਕਿਉਂਕਿ ਮੈਨੂੰ ਲੱਗਦਾ ਕਿ ਮੇਰੇ ਦੁੱਖ ਬਹੁਤ ਛੋਟੇ ਰਹਿ ਜਾਂਦੇ ਜਦੋਂ ਮੈਂ ਹੱਥਾਂ 'ਚ ਨੀਡਲਸ ਕੱਢੀਆਂ ਆਪਣੇ ਵੀਰਿਆਂ ਦੇ। ਭੈਣਾਂ ਪ੍ਰੈਗਨੈਂਟ ਸੀ ਤਾਂ ਉਹਨਾਂ ਦੇ ਘਰ ਵਾਲੇ ਚਿੱਟੇ ਨਾਲ ਮਾਰ ਚਿੱਟਾ ਪੀ ਕੇ ਮਰ ਗਏ, ਤਾਂ ਉਹਨਾਂ ਦੇ ਸਿਵੇ ਵੀ ਦੇਖੇ ਆ, ਤਾਂ ਮੈਨੂੰ ਲੱਗਦਾ ਕਿ ਮੇਰੀ ਬੜੀਆਂ ਨਿੱਜੀ ਪ੍ਰੋਬਲਮ ਛੋਟੀਆਂ ਨੇ। ਔਰ ਮੇਰੇ ਫਾਦਰ ਸਾਹਿਬ ਸ਼ਕਤੀ ਨੂੰ ਮੀਟਿੰਗ ਕਰਕੇ ਗਏ, ਪਹਿਲਾਂ ਥੋੜ੍ਹੇ ਜਿਹੇ ਢਿੱਲੇ ਸੀਗੇ। ਇੱਥੇ ਮੈਂ ਦੱਸਣਾ ਚਾਹੁੰਦੀ ਹਾਂ ਗੁਰਦਾਸਪੁਰ ਦੀ ਸਾਰੀ ਸਾਧ ਸੰਗਤ ਨੂੰ, ਸਮੂਹ ਪੰਜਾਬੀਆਂ ਨੂੰ, ਮੈਂ 23 ਉਹਨਾਂ ਦਾ ਵੈਸੇ ਚੰਡੀਗੜ੍ਹ ਤੋਂ ਕਿਸੇ ਨਿੱਜੀ ਹੋਸਪਿਟਲ ਤੋਂ ਇਲਾਜ ਚੱਲਦਾ, ਸਾਡੇ ਕੋਲ ਦਵਾਈਆਂ ਸਾਰਾ ਕੁਛ ਸੀਗਾ। ਮੈਂ 23 ਮਈ ਨੂੰ ਬਟਾਲਾ ਦੇ ਸਰਕਾਰੀ ਹੋਸਪਿਟਲ ਲੈ ਕੇ ਗਈ, ਉੱਥੇ ਵੀਲ ਚੇਅਰ ਤਾਂ ਹੀ ਨਹੀਂ ਸੀ ਸਾਡੇ ਕੋਲ ਮਿਲੀ। ਇਹ ਗੱਲ ਕਰਦੇ ਮੁਹੱਲਾ ਕਲੀਨਿਕ ਮੈਡੀਕਲ ਇਸ਼ੂ ਦੀ, ਚਲੋ ਮੇਰੀ ਆਦਤ ਨਹੀਂ ਹੁੰਦੀ ਕਿਉਂਕਿ ਮੈਂ ਵੀਡੀਓ ਬਣਾ ਕੇ ਪਾਵਾਂ, ਕਿਉਂਕਿ ਸਾਡੀ ਜ਼ੁਬਾਨ ਪੰਜਾਬੀ, ਅਸੀਂ ਤਾਂ ਮਾਲਕ ਰਹੇ ਹਾਂ ਦੁਨੀਆ ਦੇ, ਅਸੀਂ ਰਾਜ ਕੀਤਾ ਹੈ, ਤਾਂ ਮੈਂ ਇਹ ਜਲੂਸ ਨਹੀਂ ਸੀ ਵਿਖਾਉਣਾ ਚਾਹੁੰਦੀ ਆਪਣੇ ਸਿਸਟਮ ਦਾ। ਅਤੇ ਫਿਰ ਵੀ ਅਸੀਂ ਚਲੋ ਕਰਦੇ ਕਰਾਉਂਦੇ ਕਿੱਦਾਂ ਨਾ ਕਰਕੇ ਉਹਨਾਂ ਨੂੰ ਘਰੇ ਲੈ ਗਏ, ਥੋੜ੍ਹੀ ਬਹੁਤੀ ਬਾਹਰੋਂ ਦਵਾਈ ਦਵੂਈ ਦਵਾ ਕੇ, ਪਰ 26 ਤਰੀਕ ਨੂੰ ਮੇਰੇ ਫਾਦਰ ਸਾਹਿਬ ਨਹੀਂ ਰਹੇ, ਅਤੇ ਅੱਜ ਉਹਨਾਂ ਦੇ ਫੁੱਲ ਸੀਗੇ। ਸੋ ਭੈਣ ਜੀ ਕਿੱਦਾਂ ਲੱਗਦਾ ਕਿ ਪਰਿਵਾਰ ਦੇ ਵਿੱਚ ਕਹਿੰਦੇ ਨੇ ਫਾਦਰ ਸਾਹਿਬ ਮਾਤਾ ਪਿਤਾ ਦਾ ਆਸਰਾ ਹੁੰਦਾ, ਫਾਦਰ ਸਾਹਿਬ ਨਹੀਂ ਤੁਹਾਡੇ ਹੈਗੇ ਨਹੀਂ ਰਹੇ, ਤੁਸੀਂ ਉਹਨਾਂ ਦੇ ਜਿਹੜੇ ਫੁੱਲ ਵਗੈਰਾ ਚੁੱਕ ਕੇ ਤੇ ਅੱਜ ਫਿਰ ਰੋਡ ਸ਼ੋਅ ਤੇ ਆਇਓ, ਕਿੰਨਾ ਕਿੱਦਾਂ ਲੱਗਦਾ ਕਿ ਪੰਜਾਬ ਵਾਸਤੇ ਤੁਸੀਂ ਇਹ ਕਰ ਰਹੇ ਹੋ? ਬਿਲਕੁਲ, ਮੈਂ ਬਿਲਕੁਲ ਪੰਜਾਬ ਵਾਸੀ, ਜਦੋਂ ਘਰ 'ਚ ਕੋਈ ਢਿੱਲ ਮੱਠ ਹੋਣੀ ਮੈਂ ਹਸਪਤਾਲ ਜਾਣਾ ਜਾਂ ਸੇਵਾ 'ਤੇ ਜਾਣਾ, ਤੇ ਲੋਕਾਂ ਨੇ ਮੇਰੇ ਨਾਲ ਲੜਨ ਲੱਗ ਜਾਣਾ ਕਿ ਭੈਣੇ ਸਾਨੂੰ ਆਹ ਚੀਜ਼ ਚਾਹੀਦੀ ਆ। ਆ ਪਿੱਛੇ ਜੇ ਮੈਨੂੰ ਨਾਮ ਨਹੀਂ ਵੀਰ ਦਾ ਯਾਦ ਹੈਗਾ, ਵੈਸੇ ਮੈਂ ਕਦੀ ਨਾਮ ਲੈਂਦੀ ਵੀ ਨਹੀਂ ਹੈ, ਕਾਦੀਆਂ ਤੋਂ ਸੀ ਉਹ ਵੀਰੇ ਨੇ ਮੈਨੂੰ ਰਿਪੋਰਟਾਂ ਭੇਜੀਆਂ, ਜਿੰਨੇ ਕੁ ਮੈਂ ਜੋਗੀ ਸੀਗੀ 10-5 ਰੁਪਏ ਦੀ ਮੈਂ ਉਹਦੀ ਮਦਦ ਕਰ ਦਿੱਤੀ ਆਪਣੇ ਕੋਲੋਂ, ਕਿਉਂਕਿ ਮੈਂ ਕਿਹੜਾ ਕੋਈ ਮਤਲਬ NGO ਚਲਾ ਰਹੀ ਜਾਂ ਕੋਈ ਹੈ ਨਾ ਕੋਈ ਇੱਦਾਂ ਦਾ ਕੋਈ ਪ੍ਰੋਜੈਕਟ ਕਰ ਰਹੀ ਸੀ। ਉਸ ਤੋਂ ਬਾਅਦ ਕੀ ਹੋਇਆ ਕਿ ਉਹ ਵੀਰਾ ਮੇਰੇ ਨਾਲ ਲੜੇ, ਉਹ ਵੀਰਾ ਮੈਨੂੰ ਫੋਨ ਕਰੇ, ਭੈਣੇ ਮੇਰੀ ਲੱਤ ਟੁੱਟੀ ਹੈ, ਮੇਰੀ ਬਾਂਹ ਟੁੱਟੀ ਹੈ, ਤੂੰ ਇਲਾਜ ਕਰਾ ਮੈਨੂੰ ਤੇਰੇ ਤੋਂ ਉਮੀਦ ਆ। ਤੇ ਹੁਣ ਫਿਰ ਇਹ ਸਾਰੀ ਜਦੋਂ ਸਾਧ ਸੰਗਤ ਨੇ ਸਲਾਹ ਕੀਤੀ ਕਿ ਤੂੰ ਜਦ ਮੈਡੀਕਲ ਹੋਸਪਿਟਲ ਦੀ ਗੱਲ ਕਰਦੀ ਆ ਤਾਂ ਅਸੀਂ ਤੈਨੂੰ ਸਹਿਯੋਗ ਦਿੰਦੇ ਹਾਂ, ਤੂੰ ਜਾ, ਸਾਨੂੰ ਹੋਸਪਿਟਲ ਦੀ ਲੋੜ ਹੈ। ਮੈਨੂੰ ਵੀ ਇਹ ਲੱਗਦਾ ਕਿ ਸਾਨੂੰ ਸਭ ਤੋਂ ਵੱਡੀ ਗੱਲ ਇੱਕ ਹਸਪਤਾਲ ਦੀ ਲੋੜ ਹੈ।
ਬਾਕੀ ਤਾਂ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ? ਬਾਕੀ ਤਾਂ ਮੈਂ ਗੁਰਦਾਸਪੁਰ ਵਾਸੀ ਸਾਧ ਸੰਗਤ ਨੂੰ ਹੱਥ ਜੋੜ ਕੇ ਅਪੀਲ ਕਰਦੀ ਹਾਂ ਕਿ ਤੁਸੀਂ 1 ਜੂਨ ਨੂੰ ਟਾਰਚ ਦਾ ਬਟਨ ਦਬਾਓ, ਤੁਹਾਡੀ ਧੀਆਂ ਤੇ ਤੁਹਾਡੀ ਆਵਾਜ਼ ਬਣ ਕੇ ਬੋਲੂਗੀ, ਹੁਣ ਤਾਂ ਹੀ ਵੀ ਤੁਹਾਡੀ ਆਵਾਜ਼ ਬਣ ਕੇ ਬੋਲੀ ਆ। ਤੁਸੀਂ ਸਾਰੀਆਂ ਸਰਕਾਰਾਂ ਨੂੰ ਪਰਖਿਆ, ਤੁਸੀਂ ਪਹਿਲੀ ਰਵਾਇਤੀ ਪਾਰਟੀਆਂ ਨੂੰ ਵੀ ਪਰਖ ਲਿਆ, ਤੁਸੀਂ ਆਹ ਵੀ ਸਰਕਾਰ ਨੂੰ ਪਰਖ ਲਿਆ। ਮੈਨੂੰ ਲੱਗਦਾ ਹੈ ਕਿ ਸੈਂਟਰ ਸਬਜੈਕਟ ਇਹ ਨਹੀਂ ਹੈ ਕਿ ਅਸੀਂ 1000 ਰੁਪਏ ਤੁਹਾਨੂੰ ਦੇਵਾਂਗੇ ਤੇ ਤਾਂ ਸਤਾਈ ਚ ਵੋਟਾਂ ਲੈਣ ਆਵਾਂਗੇ। ਅੱਜ ਦੇ ਇਹ ਪਾਰਟੀ ਦੇ ਨੁਮਾਇੰਦੇ ਇਹ ਕਹਿ ਰਹੇ ਆ। ਮੈਨੂੰ ਲੱਗਦਾ ਸੈਂਟਰ ਸਬਜੈਕਟ ਇਹ ਹੈ ਕਿ ਸਾਨੂੰ ਮੈਡੀਕਲ ਹੋਸਪਿਟਲ ਮਿਲੇ, ਸਾਡੀ ਧਾਰੀਵਾਲ ਦੀ ਵੂਲਨ ਮੇਲ ਚੱਲੇ, ਸਾਡਾ ਮਕੌੜਾ ਪੱਤਣ ਦਾ ਪੁੱਲ ਬਣੇ, ਸਾਡੇ ਕੋਲ ਪੂਰੇ ਗੁਰਦਾਸਪੁਰ ਸਟਰੀਟ ਲਾਈਟਾਂ ਐਂਡ ਪਾਣੀ ਦਾ ਪ੍ਰਬੰਧ ਹੋਵੇ, ਤੇ ਮੈਂ ਕਹਿੰਦੀ ਕਿ 9 ਵਿਧਾਨ ਸਭਾ ਹਲਕੇ ਤੇ 9 ਲਾਇਬ੍ਰੇਰੀਜ਼ ਬਣਾਉਗੀ, ਕਿਉਂਕਿ ਜਿੰਨਾਂ ਕਿਤਾਬਾਂ ਨੂੰ ਮੈਂ ਪੜ੍ਹ ਕੇ ਪਹੁੰਚੀ, ਮੈਂ ਤਾਂ ਬੜੀਆਂ ਪਰਿਵਾਰ ਦੀਆਂ ਤੰਗੀਆਂ ਚੱਲੀਆਂ, ਸ਼ਾਇਦ ਹੀ ਮੈਂ ਕਦੇ ਆਪਣੀ ਨਿੱਜੀ ਗੱਲ ਕੀਤੀ ਹੋਵੇ, ਜਿਹੜਾ ਦੁੱਖ ਸੁੱਖ ਆਇਆ ਆ ਵਾਹਿਗੁਰੂ ਅੱਗੇ ਅਰਦਾਸ ਕੀਤੀ ਆਪਣੇ ਸਿਰ ਤੇ ਚੱਲਿਆ ਹੈ। ਸੋ ਗੱਲਬਾਤ ਕੀਤੀ ਹੈ ਜੀ ਗੁਰਪ੍ਰੀਤ ਕੌਰ, ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਟਾਰਚ, ਅੱਜ ਬੜੀ ਵੱਡੀ ਉਹਨਾਂ ਨੇ ਦਿਲ ਤੇ ਪੱਥਰ ਰੱਖ ਕੇ ਅੱਜ ਰੋਡ ਸ਼ੋਅ ਕਰ ਰਹੇ ਨੇ, ਕਿਉਂਕਿ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਤੇ ਉਹਨਾਂ ਦੇ ਜਿਹੜੇ ਅੱਜ ਫੁੱਲ ਚੁੱਕ ਕੇ ਤੇ ਰੋਡ ਸ਼ੋਅ ਕਰਨ ਜਾ ਰਹੇ ਪਹਿਲਾਂ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਬੜੀ ਵੱਡੀ ਗੱਲ ਹੁੰਦੀ ਹੈ ਕਿ ਮਾਤਾ ਪਿਤਾ ਦਾ ਸਾਇਆ ਹੁੰਦਾ ਹੈ ਤੇ ਫਾਦਰ ਸਾਹਿਬ ਉਹਨਾਂ ਦੇ ਸਿਰ ਤੇ ਨਹੀਂ ਰਹੇ, ਪਰ ਫਿਰ ਵੀ ਕਿਤੇ ਨਾ ਕਿਤੇ ਲੋਕਾਂ ਵਾਸਤੇ, ਲੋਕਾਂ ਪੰਜਾਬ ਦੇ ਲੋਕਾਂ ਵਾਸਤੇ, ਗੁਰਦਾਸਪੁਰ ਦੇ ਲੋਕਾਂ ਵਾਸਤੇ ਅੱਜ ਜਿਹੜਾ ਹੈ ਰੋਡ ਸ਼ੋਅ ਕਰਨ ਜਾ ਰਹੇ ਨੇ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਦਾ ਸਮਨ ਨਿਊਜ਼, ਲੱਕੀ ਰਾਜਪੂਤ, ਬਟਾਲਾ।